ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਸਾਡੇ ਚੈਨਲ 'ਤੇ। ਉਮੀਦ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੇਗੀ। ਇਸ ਪੱਗ ਦੀ ਲੰਬਾਈ ਹੈ ਜਿਹੜੀ 7.5 ਮੀਟਰ ਹੈ। ਇਸਦਾ ਕੱਪੜਾ ਜਿਹੜਾ ਫੁੱਲ ਬੋਇਲ ਹੈ। ਬਹੁਤ ਵੀਰਾਂ ਦੀ ਡਿਮਾਂਡ 'ਤੇ ਅੱਜ ਵੀਡੀਓ ਲੈ ਕੇ ਆਏ ਹਾਂ। ਉਮੀਦ ਹੈ ਵੀਡੀਓ ਵਧੀਆ ਲੱਗੇਗੀ। ਜਿਹੜੇ ਵੀਰ ਮੋਰਨੀ ਪੱਗ ਸਿੱਖਣਾ ਚਾਹੁੰਦੇ ਨੇ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਜੇ ਵੀਡੀਓ ਨੂੰ ਸਕਿੱਪ ਕਰ ਦਿਓਗੇ ਤਾਂ ਤੁਹਾਨੂੰ ਜਿਹੜੀ ਸਾਡੀਆਂ ਅਸੀਂ ਗੱਲਾਂ ਦੱਸ ਰਹੇ ਹਾਂ ਉਹ ਤੁਹਾਨੂੰ ਮਿਸ ਹੋ ਜਾਣਗੀਆਂ ਅਤੇ ਤੁਹਾਨੂੰ ਬੋਰ ਵਿੱਚ ਬਾਅਦ ਵਿੱਚ ਪ੍ਰੋਬਲਮ ਆ ਸਕਦੀ ਹੈ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਫਸਟ ਰੈਡ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਕਿੱਦਾਂ ਲਾਉਣਾ। ਪਹਿਲਾਂ ਲੜਾਈ ਸਭ ਤੋਂ ਸੌਖੇ ਤਰੀਕੇ ਨਾਲ ਲਗਾਵਾਂਗੇ ਆਪਾਂ, ਜ਼ਿਆਦਾ ਮਿਹਨਤ ਨਹੀਂ ਕਰਨੀ। ਪੂਣੀ ਦੇ ਆਪਾਂ ਖਾਸ ਜਿਹੜਾ ਧਿਆਨ ਦੇਣਾ ਇਹ ਪੱਗ ਵਿੱਚ, ਇਹ ਪੱਗ ਦੀ ਪੂਣੀ ਵੀ ਅਸੀਂ ਜਲਦ ਤੋਂ ਜਲਦ ਲੈ ਕੇ ਆਵਾਂਗੇ। ਹੁਣ ਆਪਾਂ ਨੇ ਜਿਹੜਾ ਪਹਿਲਾਂ ਲੜ ਲਾ ਚੁੱਕੇ ਹਾਂ, ਹੁਣ ਆਪਾਂ ਉੱਪਰੋਂ ਸਫਾਈ ਕਰਦੇ ਹੋਏ ਲਿਆ ਕੇ ਲੜ ਨੂੰ ਮੋਟਾ ਪੱਲਾ ਉੱਪਰ ਵੱਲ ਨੂੰ ਕਰ ਲੈਣਾ ਅਤੇ ਪਤਲਾ ਪੱਲਾ ਥੱਲੇ ਵੱਲ ਨੂੰ ਕਰਦਿਆਂ ਹੋਇਆ ਸੈਂਟਰ ਵਿੱਚ ਥੋੜ੍ਹਾ ਜਿਹਾ ਹਲਕਾ ਜਿਹਾ ਮੋਟਾਈ ਵਿੱਚ ਰੱਖਣਾ। ਹੁਣ ਆਪਾਂ ਲੜ ਨੂੰ ਸਿੰਪਲੀ ਪਿੰਚ ਕਰਾਂਗੇ। ਪਿੰਚ ਕਰਨ ਤੋਂ ਬਾਅਦ ਲੜ ਨੂੰ ਥੱਲੇ ਵੱਲ ਨੂੰ ਖਿੱਚ ਲਾਂਗੇ। ਇਸ ਨਾਲ ਕੀ ਹੋਵੇਗਾ, ਵੱਟ ਨਿਕਲ ਜਾਣਗੇ। ਜਿੰਨੀ ਵਾਰ ਆਪਣੇ ਲੜ ਵਿੱਚ ਵੱਟ ਪੈ ਰਹੇ ਨੇ ਉੰਨੀ ਵਾਰ ਪਿੰਚ ਕਰਾਂਗੇ। ਜੇਕਰ ਆਪਣੇ ਵੱਟ ਪੂਰੇ ਨਹੀਂ ਨਿਕਲਦੇ ਆਪਾਂ ਪਿੰਚ ਕਰੀ ਜਾਵਾਂਗੇ ਲੜ ਨੂੰ। ਹੁਣ ਤੁਸੀਂ ਦੇਖ ਸਕਦੇ ਹੋ ਲੜ ਨੂੰ ਜਮ੍ਹਾਂ ਹੀ ਨਾਲ ਕਰਕੇ ਲਗਾਵਾਂਗੇ ਤਾਂ ਜੋ ਬਾਅਦ ਵਿੱਚ ਬਾਜ ਫੇਰਨ ਦਾ ਲੜ ਦੀ ਮੋਟਾਈ ਆ ਜਾਵੇ। ਬਾਕੀ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ, ਜਲਦੀ ਜਲਦੀ ਵੀਰੇ ਵੀਡੀਓ ਨੂੰ ਲਾਈਕ ਕਰ ਦਿਓ। ਤੁਹਾਡੇ ਇੱਕ ਲਾਈਕ ਕਰਨ ਨਾਲ ਯਾਰ ਮੋਟੀਵੇਟ ਹੁੰਦਾ ਮੈਂ। ਵੀਡੀਓ ਨੂੰ ਲਾਈਕ ਕਰਨ 'ਤੇ ਯਾਰ ਅਤੇ ਚੈਨਲ ਸਬਸਕ੍ਰਾਈਬ ਕਰਨ 'ਤੇ ਤੁਹਾਡਾ ਕੋਈ ਵੀ ਯਾਰ ਪੈਸਾ ਨਹੀਂ ਖਰਚ ਹੁੰਦਾ, ਬਟ ਸਾਨੂੰ ਮੋਟੀਵੇਸ਼ਨ ਮਿਲਦਾ ਇੱਦਾਂ ਦੀ ਵੀਡੀਓਸ ਹੋਰ ਅਪਲੋਡ ਕਰਨ ਲਈ। ਹੁਣ ਆਪਾਂ ਬਾਜ਼ ਦੀ ਮਦਦ ਨਾਲ ਜਿਹੜੇ ਸਾਰੇ ਆਪਣੇ ਲੜ ਨੇ ਪੱਗ ਦੇ ਦੋ ਲੜ ਜਿਹੜੇ ਆਪਾਂ ਲਗਾਏ ਨੇ ਸੈੱਟ ਕਰਾਂਗੇ। ਅਤੇ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਹਾਂ, ਜਿਵੇਂ ਕਿ ਤੁਸੀਂ ਦੇਖਦੇ ਹੋਵੋਗੇ ਸਾਡੀ ਪੁਰਾਣੀਆਂ ਵੀਡੀਓਸ ਵੀ, ਜਦੋਂ ਆਪਾਂ ਪਟਿਆਲਾ ਸ਼ਹੀ ਪੱਗ ਪਾਉਂਦੇ ਹੁੰਦੇ ਹਾਂ ਉਹਦੇ ਵਿੱਚ ਆਪਾਂ ਜਿਹੜੇ ਬਾਜ ਹੁੰਦਾ ਉਹ 4 ਲੜਾਂ ਤੋਂ ਬਾਅਦ ਆਪਾਂ ਫੇਰਨਾ ਸਟਾਰਟ ਕਰਦੇ ਹਾਂ। ਬਟ ਮੋਰਨੀ ਦਸਤਾਰ ਵਿੱਚ ਆਪਾਂ ਨੇ ਬਾਜ ਜਿਹੜਾ ਨਾਲ ਦੇ ਨਾਲ ਲੜਾਂ 'ਤੇ ਫੇਰਨਾ, ਕਿਉਂਕਿ ਜੇ ਆਪਾਂ ਬਾਅਦ ਵਿੱਚ ਲੜਾਂ ਨੂੰ ਬਾਜ ਫੇਰਾਂਗੇ ਤਾਂ ਆਪਣੇ ਜਿਹੜੇ ਲੜ ਨੇ ਉਹ ਸਹੀ ਪੁਜੀਸ਼ਨ ਵਿੱਚ ਨਹੀਂ ਆਉਣਗੇ। ਤਾਂ ਇਹ ਟਿਪ ਨੂੰ ਜ਼ਰੂਰ ਫੋਲੋ ਕਰ ਲਿਓ, ਬਾਜ ਆਪਾਂ ਨਾਲ ਦੇ ਨਾਲ ਫੇਰਨਾ। ਇਸ ਦੇ ਨਾਲ ਕੀ ਹੋਵੇਗਾ, ਆਪਣੀ ਜਿਹੜੀ ਪੱਗ ਦੀ ਸਫਾਈ ਆ ਉਹ ਤੁਰੰਤ ਹੋ ਜਾਏਗੀ ਅਤੇ ਆਪਾਂ ਨੂੰ ਬਾਅਦ ਵਿੱਚ ਦਸਤਾਰ ਵਿੱਚ ਕੋਈ ਵੀ ਦਿੱਕਤ ਜਿਹੜੀ ਆ ਨਹੀਂ ਆਊਗੀ ਅਤੇ ਦਸਤਾਰ ਦੀ ਸ਼ੇਪ ਬਹੁਤ ਵਧੀਆ ਤਰੀਕੇ ਨਾਲ ਬਣੂਗੀ। ਉੱਪਰੋਂ ਦੀ ਲੜ ਲੈ ਕੇ ਲੈਣਾ, ਜਿਹੜਾ ਆਪਾਂ ਨੇ ਜਮ੍ਹਾਂ ਜਿੱਥੇ ਪਹਿਲਾਂ ਆਪਾਂ ਉੱਪਰਲਾ ਲੜ ਲਗਾਇਆ ਸੀ ਪਹਿਲਾਂ ਉਹਦੇ ਉੱਪਰ ਹੀ ਨਾਲ ਦੂਜਾ ਲੜ ਲਗਾਉਣਾ। ਹੁਣ ਤੀਜੇ ਲੜ ਨੂੰ ਆਪਾਂ ਨੇ ਸੈਂਟਰ ਵਿੱਚ ਥੱਲਾ ਪਿੰਚ ਕਰਕੇ ਪੂਰਾ ਲੜ ਨੂੰ ਥੱਲੇ ਵੱਲ ਨੂੰ ਖੋਲ੍ਹ ਲੈਣਾ। ਖੋਲ੍ਹਣ ਨਾਲ ਕੀ ਹੋ ਜਾਏਗਾ, ਆਪਾਂ ਜਦੋਂ ਦੁਬਾਰਾ ਪਿੰਚ ਕਰਾਂਗੇ ਲੜ ਨੂੰ ਉਸ ਤੋਂ ਬਾਅਦ ਜਿਹੜੇ ਵੱਟ ਨੇ ਪੈਣਾ ਹੀ ਜਿਹੜੇ ਨੇ ਗੈਬ ਹੋ ਜਾਣਗੇ। ਹੁਣ ਤੁਸੀਂ ਦੇਖ ਸਕਦੇ ਹੋ ਵੱਟ ਗੈਬ ਹੋ ਚੁੱਕੇ ਨੇ। ਇੱਕ ਵਾਰ ਫਿਰ ਹਲਕਾ ਜਿਹਾ ਪਿੰਚ ਕਰ ਲਓ। ਬੈਕ ਸਾਈਡ ਤੋਂ ਫੋਲਡ ਕਰਨਾ ਹੁਣ ਆਪਾਂ ਲੜ ਨੂੰ। ਬੈਕ ਸਾਈਡ ਤੋਂ ਫੋਲਡ ਕਰਨ ਨਾਲ ਕੀ ਹੁੰਦਾ, ਮੇਨ ਇਹ ਸਟੈਪ ਬਹੁਤ ਮੇਨ ਹੈ, ਕਿਉਂਕਿ ਜਦੋਂ ਆਪਾਂ ਬੈਕ ਸਾਈਡ ਤੋਂ ਲੜ ਫੋਲਡ ਕਰ ਲੈਂਦੇ ਹਾਂ ਉਹਦੇ ਨਾਲ ਇਹ ਹੁੰਦਾ ਕਿ ਆਪਣੀ ਪੱਗ ਦੀ ਜਿਹੜੀ ਸ਼ੇਪ ਹੈ ਹੋਰ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ। ਬੈਕ ਸਾਈਡ ਨੂੰ ਜ਼ਿਆਦਾ ਫੋਲਡ ਨਹੀਂ ਕਰਨਾ ਮੋਰਨੀ ਪੱਗ ਵਿੱਚ, ਪਟਿਆਲਾ ਸ਼ਾਹੀ ਵਿੱਚ ਆਪਾਂ ਜ਼ਿਆਦਾ ਫੋਲਡ ਕਰਦੇ ਹੁੰਦੇ ਹਾਂ, ਬਟ ਇਸ ਵਿੱਚ ਜ਼ਿਆਦਾ ਫੋਲਡ ਨਹੀਂ ਕਰਨਾ। ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ। ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰ ਦਿਓ। ਜਿਹੜੇ ਵੀ ਵੀਰ ਦਸਤਾਰ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ। ਹੁਣ ਆਪਾਂ ਬਾਜ਼ ਦੀ ਮਦਦ ਨਾਲ ਜਿਹੜੇ ਲੜਨੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਸਾਫ਼ ਕਰ ਲਾਂਗੇ। ਉਸ ਤੋਂ ਬਾਅਦ ਬਾਜ਼ ਦੀ ਮਦਦ ਨਾਲ ਜਿਹੜੇ ਆਪਣੇ ਲੜਨੇ ਉਹਨਾਂ ਦੀ ਜਿਹੜੀ ਮੋਟਾਈ ਆ ਉਹ ਵੀ ਸੈੱਟ ਕਰਨੀ ਹੈ। ਉੱਪਰੋਂ ਵੀ ਤੁਸੀਂ ਦੇਖ ਸਕਦੇ ਸ਼ੇਪ ਵਧੀਆ ਆ ਰਹੀ ਹੈ ਅਤੇ ਥੱਲੋਂ ਵੀ। ਸਿੰਪਲੀ ਤੁਸੀਂ ਇਹ ਵੀ ਇਹ ਮੈਥਡ ਨਾਲ ਜਿਹੜੀ ਆ ਦਸਤਾਰ ਵਧੀਆ ਤਰੀਕੇ ਨਾਲ ਸਜਾ ਸਕਦੇ ਹੋ। ਜੇਕਰ ਤੁਹਾਨੂੰ ਫਿਰ ਵੀ ਇਹ ਦਸਤਾਰ ਸਜਾਉਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਸਿੰਪਲ ਕਮੈਂਟ ਬੋਕਸ ਵਿੱਚ ਰਿਪਲਾਈ ਕਰਾਂਗੇ, ਜ਼ਰੂਰ ਤੁਹਾਡਾ ਤੁਸੀਂ ਕਮੈਂਟ ਕਰ ਦਿਓ। ਹੁਣ ਆਪਾਂ ਇਹ ਮੈਥਡ ਜ਼ਰੂਰ ਯੂਜ਼ ਕਰਿਓ। ਇਹ ਜਿਹੜਾ ਸਟੈਪ ਹੈ ਮੇਨ ਹੈ, ਜਿਹੜਾ ਮੋਟਾ ਪੱਲਾ ਤੁਹਾਨੂੰ ਮੈਂ ਐਕਚੁਅਲੀ ਜਿਹੜਾ ਹੱਥ ਜਿਹਾ ਕਰਕੇ ਦਿਖਾਇਆ ਸੀ ਉੱਪਰ ਵੱਲ ਨੂੰ ਰੱਖਣਾ, ਕਿਉਂਕਿ ਜੇਕਰ ਆਪਾਂ ਪਤਲਾ ਪਾਸਾ ਉੱਪਰ ਰੱਖ ਲਾਂਗੇ ਤਾਂ ਜਿਹੜੀ ਪੱਗ ਦੀ ਸ਼ੇਪ ਹੈ ਖਰਾਬ ਹੋ ਜੂਗੀ, ਤਾਂ ਇਹ ਗੱਲ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣੀ ਹੈ। ਬਾਕੀ ਕੱਪੜਾ ਤੁਸੀਂ ਫੁੱਲ ਬੋਇਲ ਦਾ ਕੋਈ ਵੀ ਇਸ ਵਿੱਚ ਪੱਗ ਵਿੱਚ ਯੂਜ਼ ਕਰ ਸਕਦੇ ਹੋ। ਮੈਂ ਵਿਮਲ ਦਾ ਕੱਪੜਾ ਯੂਜ਼ ਕਰਦਾ ਹੁੰਦਾ, ਬਟ ਜੇ ਤੁਹਾਡੇ ਕੋਲ ਵਿਮਲ ਦਾ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਕੱਪੜਾ ਯੂਜ਼ ਕਰ ਸਕਦੇ ਹੋ। 6 ਪੱਚਾਂ ਵਾਲੀ ਦਸਤਾਰ ਜਿਹੜੀ ਹੈ ਹੋਰ ਜ਼ਿਆਦਾ ਸੁੰਦਰ ਦਿਖਦੀ ਹੈ ਆਪਣੇ ਫੇਸ 'ਤੇ। 5 ਲੜਾਂ ਵਾਲੀ ਅਸੀਂ ਪਹਿਲਾਂ ਕੀਤੀ ਹੋਈ ਹੈ ਅਪਲੋਡ, ਬਟ 6 ਲੜਾਂ ਵਾਲੀ ਫੁੱਲ ਐਕਸਪਲੇਨ ਕਿਸੇ 'ਚ ਵੀ ਨਹੀਂ ਕੀਤਾ, ਤਾਂ ਤੁਹਾਡੇ ਅੱਗੇ ਵੀਡੀਓ ਪੇਸ਼ ਕੀਤੀ ਹੈ ਤੁਹਾਡੇ ਮਾਣ 'ਤੇ। ਉੱਪਰੋਂ ਦੀ ਲੜ ਨੂੰ ਉੱਪਰ ਤੁਸੀਂ ਦੇਖ ਸਕਦੇ ਸੈਟਿੰਗ ਕਰ ਲਈ। ਹੁਣ ਲੜ ਨੂੰ ਥੱਲੇ ਵੱਲ ਨੂੰ ਖੋਲ੍ਹ ਕੇ ਬਿਲਕੁਲ ਪਿੰਚ ਕਰ ਲੈਣਾ। ਉੱਪਰੋਂ ਦੀ ਹੁਣ ਸੈਟਿੰਗ ਕਰਾਂਗੇ ਲੜਾਂ ਦੀ, ਤਾਂ ਜੋ ਜਿਹੜੇ ਟਰਨਾਂ ਜੀ ਆਪਣੇ ਉੱਪਰੋਂ ਲੜ ਦੀਆਂ ਬਣ ਜਾਣ, ਜਿਹਨੂੰ ਆਪਾਂ ਟਰਨਸ ਕਹਿ ਰਹੇ ਹਾਂ। ਹੁਣ ਆਪਾਂ ਲੜ ਨੂੰ ਜਮ੍ਹਾਂ ਨਾਲ ਕਰਕੇ ਲਗਾਵਾਂਗੇ, ਉਸ ਤੋਂ ਬਾਅਦ ਬਾਜ ਫੇਰਾਂਗੇ। ਬੈਕ ਸਾਈਡ ਤੋਂ ਹਲਕਾ ਹਲਕਾ ਲੜ ਨੂੰ ਫੋਲਡ ਕਰ ਲਵੋ, ਇਹਦੇ ਨਾਲ ਆਪਾਂ ਨੂੰ ਪੱਗ ਦੀ ਸ਼ੇਪ ਵਿੱਚ ਥੋੜ੍ਹਾ ਵਧੀਆ ਰਿਸਪੋਂਸ ਮਿਲੇਗਾ।
ਬਾਕੀ ਅਸੀਂ ਇੱਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਤਾਂ ਜਿਹੜੇ ਵੀ ਵੀਰ ਵੀਡੀਓ ਦੇਖ ਰਹੇ ਨੇ, ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇਕਰ ਤੁਸੀਂ ਪਹਿਲਾਂ ਤੋਂ ਹੀ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤਾਂ ਤੁਸੀਂ ਹਰ ਇੱਕ ਸਾਡੀ ਵੀਡੀਓ ਦੇਖਦੇ ਹੋ ਅਤੇ ਸ਼ੇਅਰ ਵੀ ਕਰਦੇ ਹੋ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ, ਕਿਉਂਕਿ ਮੈਂ ਤੁਹਾਡੇ ਸਿਰ 'ਤੇ ਅੱਜ ਤੁਹਾਡੇ ਮਤਲਬ ਤੁਹਾਡੀ ਸਪੋਰਟ ਦੇ ਨਾਲ ਮੈਂ ਅੱਜ ਜਿਹੜੇ 57K ਸਬਸਕ੍ਰਾਈਬਰਸ ਕੰਪਲੀਟ ਕਰ ਲਏ ਨੇ, ਅਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਹ ਚੀਜ਼ ਦੇਖ ਕੇ, ਕਿਉਂਕਿ ਮੈਂ ਬਹੁਤ ਜ਼ਿਆਦਾ ਮੋਟੀਵੇਟ ਹੁੰਦਾ ਜਿੰਨੇ ਮੇਰੇ ਸਬਸਕ੍ਰਾਈਬਰ ਵੱਧਦੇ ਨੇ, ਜਿੰਨੇ ਮੇਰੇ ਲਾਈਕ ਵੱਧਦੇ ਨੇ, ਬਹੁਤ ਜ਼ਿਆਦਾ ਮੋਟੀਵੇਟ ਹੁੰਦਾ ਜਿੰਨੇ ਕਮੈਂਟਸ ਆਉਂਦੇ ਨੇ ਅੱਗੇ ਤੋਂ ਅੱਗੇ ਵੀਡੀਓਸ ਅਪਲੋਡ ਕਰਨ ਲਈ। ਅਤੇ ਨੈਕਸਟ ਵੀਡੀਓ ਲਈ ਵੀ ਸਾਨੂੰ ਸੁਗੈਸ਼ਨ ਜ਼ਰੂਰ ਦੇ ਦਿਓ ਕਮੈਂਟ ਬੋਕਸ ਵਿੱਚ, ਅਸੀਂ ਤੁਹਾਡੇ ਕਮੈਂਟਸ ਦੇ ਅਕੋਰਡਿੰਗ ਅਤੇ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਜਿਹੜੀ ਨੈਕਸਟ ਵੀਡੀਓ ਲੈ ਕੇ ਆਵਾਂਗੇ। ਹੁਣ ਆਪਾਂ 5th ਲੜ ਲਗਵਾਵਾਂਗੇ, 4 ਲੜ ਆਪਣੇ ਲੱਗ ਚੁੱਕੇ ਹਨ ਬਿਲਕੁਲ ਵਧੀਆ ਸ਼ੇਪ ਵਿੱਚ। ਹੁਣ ਆਪਾਂ 4th ਲੜ ਲਗਾਵਾਂਗੇ, ਮੋਰਨੀ ਦਸਤਾਰ ਅੱਜ ਅਸੀਂ ਤਾਂ ਤੁਹਾਡੇ ਅੱਗੇ ਪੇਸ਼ ਕੀਤੀ ਹੈ ਕਿਉਂਕਿ ਤੁਹਾਡੀ ਡਿਮਾਂਡ ਵੀ ਬਹੁਤ ਸੀ ਇਹ ਟੋਪਿਕ 'ਤੇ, ਅਤੇ ਬਾਕੀ ਜਿਹੜੇ ਵਿਆਹ ਵਾਲੇ ਵੀਰ ਹੁੰਦੇ ਹਨ ਉਹਨਾਂ 'ਤੇ ਇਹ ਬਹੁਤ ਪੱਗ ਜੱਚਦੀ ਹੈ, ਕਿਉਂਕਿ ਆਪਾਂ ਨੇ ਜਿਹੜਾ ਸਿਹਰਾ ਲਾਉਣਾ ਹੁੰਦਾ ਤਾਂ ਪੱਗ ਦੀ ਜਿਹੜੀ ਮਤਲਬ ਸ਼ੇਪ ਬਰਾਬਰ ਹੋਣੀ ਚਾਹੀਦੀ ਦੋਨਾਂ ਸਾਈਡਾਂ ਤੋਂ। ਇਹ ਪੱਗ ਦਾ ਰਿਵਾਜ਼ ਵਿਆਹ ਵਾਲੇ ਦਿਨ ਬਹੁਤ ਹੁੰਦਾ, ਉੱਦਾਂ ਵੀ ਬਹੁਤ ਵੀਰ ਇਹ ਪੱਗ ਬੰਨਦੇ ਨੇ। ਅੱਜ ਕੱਲ੍ਹ ਮੋਰਨੀ ਪੱਗ ਦਾ ਕਰੇਜ਼ ਘੱਟਦਾ ਜਾ ਰਿਹਾ, ਕਿਉਂਕਿ ਜਿਵੇਂ ਕਿ ਵਟਾਂ ਵਾਲੀ ਪੱਗ ਦਾ ਕਰੇਜ਼ ਵੱਧਦਾ ਜਾ ਰਿਹਾ, ਬਟ ਮੋਰਨੀ ਦਸਤਾਰ 'ਚ ਦੇਖਿਆ ਜਾਵੇ ਤਾਂ ਸਭ ਤੋਂ ਵਧੀਆ ਦਸਤਾਰ ਹੈ, ਕਿਉਂਕਿ ਇਹਦੇ ਨਾਲ ਸਿਰ ਦੀ ਸੇਫਟੀ ਵੀ ਵਧੀਆ ਹੁੰਦੀ ਹੈ, ਕਿਉਂਕਿ ਜੇ ਕਿਤੇ ਆਪਣਾ ਐਕਸੀਡੈਂਟ ਹੋ ਜਾਵੇ ਤਾਂ ਵੀ ਆਪਣਾ ਮਤਲਬ ਬਚਾਅ ਵਧੀਆ ਹੁੰਦਾ ਇਹ ਪੱਗ ਨਾਲ, ਕਿਉਂਕਿ ਦੋਨੋਂ ਸਾਈਡ 'ਤੇ ਬਰਾਬਰ ਹੁੰਦੀ ਹੈ ਅਤੇ ਆਪਣਾ ਸਪੋਰਟ ਮਿਲੀ ਹੁੰਦੀ ਹੈ ਸਿਰ ਨੂੰ। ਇਹ ਪੱਗ ਬਹੁਤ ਵਧੀਆ ਤਰੀਕੇ ਨਾਲ ਬੰਨੀ ਜਾਂਦੀ ਹੈ ਜੇਕਰ ਤੁਸੀਂ ਸਜਾਓਗੇ ਤਾਂ ਫੇਸ ਦੇ ਅਕੋਰਡਿੰਗ। ਹੁਣ ਆਪਾਂ 5th ਲੜ ਵੀ ਜਮ੍ਹਾਂ ਹੀ ਨਾਲ ਕਰਕੇ ਲਗਾ ਲਾਂਗੇ। ਹੁਣ ਆਪਾਂ ਬਾਜ ਫੇਰਾਂਗੇ ਪਹਿਲਾਂ ਲੜ ਨੂੰ ਸਿੰਪਲ ਨਾਲ ਕਰਕੇ ਲਗਾਉਣਾ। ਬਾਕੀ ਜੇਕਰ ਤੁਸੀਂ ਸਾਡੀ ਰੈਗੂਲਰ ਵੀਡੀਓਜ਼ ਦੇਖਦੇ ਹੋ ਤਾਂ ਯਾਰ ਅਸੀਂ ਜਿਹੜੇ ਵੀਰ ਕਹਿੰਦੇ ਹਨ ਕਿ ਅਸੀਂ ਔਨਲਾਈਨ ਕੁਛ ਕਮਾਉਣਾ ਚਾਹੁੰਦੇ ਹਾਂ ਜਾਂ ਯੂਟਿਊਬ 'ਤੇ ਆਉਣਾ ਚਾਹੁੰਦੇ ਹਾਂ, ਤਾਂ ਮੈਂ ਆਪਣੇ ਵਟਸਐਪ ਗਰੁੱਪ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਅਰਨ ਮਨੀ ਵਾਲਾ, ਇੱਕ ਤਾਂ ਮੇਰਾ ਜਿਹੜਾ ਟਰਬਨ ਗਰੁੱਪ ਹੈ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਜੇਕਰ ਤੁਸੀਂ ਔਨਲਾਈਨ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਗਰੁੱਪ ਜੁਆਇਨ ਕਰ ਸਕਦੇ ਹੋ, ਮੈਂ ਨਵਾਂ ਚੈਨਲ ਵੀ ਬਣਾਇਆ ਉਹਦਾ ਵੀ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ, ਤੁਸੀਂ ਜਾ ਕੇ ਚੈਨਲ ਸਬਸਕ੍ਰਾਈਬ ਕਰ ਲਓ। ਜਿਹੜੇ ਵੀਰ ਬੇਰੁਜ਼ਗਾਰੀ ਵਿੱਚ ਬਹੁਤ ਜ਼ਿਆਦਾ ਘੁੱਟ ਰਹੇ ਨੇ ਅਤੇ ਜਿਹੜੇ ਵੀਰ ਚਾਹੁੰਦੇ ਹਨ ਕਿ ਅਸੀਂ ਪਾਰਟ ਟਾਈਮ ਵਰਕ ਕਰਕੇ ਚਾਹੁੰਦੇ ਹਾਂ ਕਿ ਕੁਛ ਕੁ ਪੈਸੇ ਕਮਾ ਲਈਏ ਆਪਣੇ ਪੈਰਾਂ 'ਤੇ ਸਟੈਂਡ ਹੋ ਕੇ, ਤਾਂ ਤੁਸੀਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮੈਂ ਆਉਣ ਵਾਲੇ ਸਮੇਂ ਵਿੱਚ ਉਸ 'ਤੇ ਬਹੁਤ ਵਧੀਆ ਵਧੀਆ ਟੋਪਿਕ 'ਤੇ ਵੀਡੀਓ ਲੈ ਕੇ ਆਵਾਂਗਾ। ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਕਮਾਉਣ ਨੂੰ ਮਿਲੇਗਾ। ਹੁਣ ਆਪਾਂ ਨੇ 5 ਲੜ ਲਗਾ ਲਏ ਨੇ, ਹੁਣ ਆਪਾਂ ਲਗਾਵਾਂਗੇ 6ਵਾਂ ਲੜ। 5 ਲੜਾਂ ਨਾਲ ਤੁਸੀਂ ਦੇਖ ਸਕਦੇ ਹੋ ਪੱਗ ਦੀ ਸ਼ੇਪ ਕਿੰਨੀ ਸੋਹਣੀ ਲੱਗਣ ਲੱਗ ਗਈ ਆ, 6ਵੇਂ ਲੜ ਲਗਾਉਣ ਨਾਲ ਹੋਰ ਵੀ ਸੋਹਣੀ ਹੋ ਜੂਗੀ ਸ਼ੇਪ। ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ, ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ, ਤੁਹਾਡਾ ਇੱਕ ਲਾਈਕ ਅਤੇ ਇੱਕ ਸ਼ੇਅਰ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕਰੂਗਾ। ਹੁਣ ਆਪਾਂ ਬਾਜ ਫੇਰਾਂਗੇ, ਜਿੱਥੋਂ ਜਿੱਥੇ ਵੱਟ ਪੈ ਰਹੇ ਨੇ ਉਹ ਸਾਰੀ ਸ਼ੇਪ ਸੈੱਟ ਕਰ ਲਾਂਗੇ ਪਹਿਲਾਂ, ਉਸ ਤੋਂ ਬਾਅਦ 6ਵਾਂ ਲੜ ਲਗਾਵਾਂਗੇ। ਉੱਪਰੋਂ ਵੀ ਸੈੱਟ ਕਰ ਲਓ ਪੱਗ ਨੂੰ। ਬਾਕੀ 57K ਸਬਸਕ੍ਰਾਈਬਰਸ ਹੋਣ 'ਤੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ, ਜਿਨ੍ਹਾਂ ਵੀਰਾਂ ਨੇ ਵੀ ਮੈਨੂੰ ਯਾਰ 57K ਸਬਸਕ੍ਰਾਈਬਰਸ ਕੰਪਲੀਟ ਕਰਵਾਏ ਨੇ, ਬਹੁਤ ਸਪੋਰਟ ਕੀਤੀ ਹੈ ਉਹਨਾਂ ਵੀਰਾਂ ਲਈ ਯਾਰ, ਦਿਲੋਂ ਧੰਨਵਾਦ ਹੈ, ਦਿਲੋਂ ਧੰਨਵਾਦ ਇੱਕ ਵਾਰ ਫਿਰ ਉਹਨਾਂ ਵੀਰਾਂ ਲਈ, ਕਿਉਂਕਿ ਬਹੁਤ ਸਪੋਰਟ ਕਰਦੇ ਹੋ ਯਾਰ ਤੁਸੀਂ, ਅਤੇ ਤੁਹਾਡੇ ਕਰਕੇ ਹੀ ਮੈਂ ਅੱਜ 57K ਸਬਸਕ੍ਰਾਈਬਰਸ ਕੰਪਲੀਟ ਕੀਤੇ ਨੇ। ਜੋ ਵੀ ਹਾਂ ਮੈਂ ਅੱਜ ਯਾਰ ਤੁਹਾਡੇ ਕਰਕੇ ਹਾਂ, ਕਿਉਂਕਿ ਮੈਂ ਮੇਰੀ ਤੁਹਾਡੇ ਅੱਗੇ ਕੋਈ ਔਕਾਤ ਨਹੀਂ ਹੈਗੀ ਯਾਰ, ਕਿਉਂਕਿ ਮੈਂ ਇੱਕ ਮਿਡਲ ਫੈਮਿਲੀ ਦਾ ਪਰਸਨ ਹਾਂ, ਬਟ ਮੈਂ ਤੁਹਾਡੀ ਸਪੋਰਟ ਨਾਲ ਬਹੁਤ ਅੱਗੇ ਵੱਧ ਰਿਹਾ, ਤਾਂ ਪਲੀਜ਼ ਇੱਦਾਂ ਹੀ ਸਪੋਰਟ ਕਰਦੇ ਰਹੋ, ਅਸੀਂ ਤੁਹਾਡੀ ਡਿਮਾਂਡ ਪੂਰੀ ਕਰਦੇ ਰਹਾਂਗੇ। ਹੁਣ ਆਪਾਂ 6ਵਾਂ ਲੜ ਲਗਾਵਾਂਗੇ, ਇਹ ਲੜ ਲਗਾਉਣ ਨਾਲ ਪੱਗ ਦੀ ਸ਼ੇਪ ਹੋਰ ਬੈਟਰ ਹੋ ਜਾਊਗੀ। ਉੱਪਰੋਂ ਤੁਸੀਂ ਦੇਖ ਸਕਦੇ ਹੋ ਲੜਾਂ ਨੂੰ ਕਿ ਬਿਲਕੁਲ ਵਧੀਆ ਤਰੀਕੇ ਨਾਲ ਬਣ ਰਹੇ ਹਨ, ਇੱਧਰੋਂ ਦੋ ਜਿਹੜੇ ਦੋ ਲੜਨੇ ਲੁਕੇ ਹੋਏ ਹਨ, ਬਟ ਆਪਾਂ ਉਹ ਵੀ ਸੈੱਟ ਕਰ ਲਾਂਗੇ ਬਾਅਦ ਵਿੱਚ। ਬਾਕੀ ਇਹ ਪੱਗ 'ਚ ਆਪਾਂ ਜਿਹੜਾ ਲਾਸਟ ਲੜ ਅੱਜ ਨਹੀਂ ਲਗਾ ਕੇ ਦਿਖਾਵਾਂਗੇ, ਉਸ 'ਤੇ ਨੈਕਸਟ ਵੀਡੀਓ ਆਊਗੀ। ਮੈਂ ਉਮੀਦ ਕਰਦਾ ਕਿ ਨੈਕਸਟ ਵੀਡੀਓ ਤੱਕ ਤੁਸੀਂ ਵੇਟ ਕਰੋਗੇ, ਕਿਉਂਕਿ ਮੈਂ ਅਕਸਰ ਹਰ ਇੱਕ ਪੱਗ ਦਾ ਲਾਸਟ ਲੜ ਨਹੀਂ ਲਗਾਉਂਦਾ, ਮੈਂ ਚਾਹੁੰਦਾ ਕਿ ਉਹਨਾਂ ਦਾ ਪਾਰਟ ਕੱਟ ਕੇ ਮੈਂ ਇੱਕ ਸਪੈਸ਼ਲ ਵੀਡੀਓ ਤਿਆਰ ਕਰਾਂ, ਕਿ ਜਿਵੇਂ ਪਟਿਆਲਸ਼ੀ ਪੱਗ ਦਾ ਲਾਸਟ ਲੜ, ਮੋਰਨੀ ਪੱਗ ਦਾ ਲਾਸਟ ਲੜ ਅਤੇ ਵਟਾਂ ਵਾਲੀ ਪੱਗ ਦਾ ਲਾਸਟ ਲੜ, ਉਹਨਾਂ ਨੂੰ ਇਕੱਠਾ ਕਰਕੇ ਮਰਜ ਕਰਕੇ ਆਪਾਂ ਵੀਡੀਓ ਪਾਵਾਂਗੇ, ਤਾਂ ਜੋ ਤੁਹਾਨੂੰ ਵੀਡੀਓ ਦੇਖਣ ਵਿੱਚ ਵੀ ਮਜ਼ਾ ਆਵੇ, ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਜੇਕਰ ਮੈਂ ਇਸ ਵਿੱਚ ਐਡ ਕਰਾਂਗਾ ਲਾਸਟ ਲੜ, ਤਾਂ ਤੁਹਾਨੂੰ ਵੀ ਦੇਖਣ ਵਿੱਚ ਵਧੀਆ ਨਹੀਂ ਲੱਗੂਗਾ ਅਤੇ ਮੇਰਾ ਵੀ ਮਤਲਬ ਸਮਾਂ ਬਰਬਾਦ ਹੋ ਸਕਦਾ, ਕਿਉਂਕਿ ਵੀਡੀਓ ਅਪਲੋਡ ਕਰਨ ਵੇਲੇ, ਅਤੇ ਤੁਸੀਂ ਵੀ ਜ਼ਿਆਦਾ ਵੀਡੀਓ ਵੱਡੀ ਜਿਹੜੀ ਨਹੀਂ ਦੇਖੋਗੇ। ਬਾਕੀ ਨੈਕਸਟ ਵੀਡੀਓ ਅਸੀਂ ਉਸ 'ਤੇ ਲੈ ਕੇ ਆਵਾਂਗੇ ਲਾਸਟ ਲੜ 'ਤੇ।
ਹੁਣ ਆਪਾਂ ਸਾਰੇ ਲੜਨੇ ਜਿਹੜੇ ਉੱਪਰੋਂ ਸੈੱਟ ਕਰ ਲੈਣੇ ਨੇ। ਛੇਵਾਂ ਲੜ ਲਗਾਉਣ ਲਈ ਆਪਾਂ ਪਹਿਲਾਂ ਲੜ ਨੂੰ ਹਲਕਾ ਜਿਹਾ ਪਿੰਚ ਕਰਨਾ, ਉਸ ਤੋਂ ਬਾਅਦ ਥੱਲੇ ਵੱਲ ਨੂੰ ਪ੍ਰੈਸ ਕਰਕੇ ਖਿੱਚਾਂਗੇ ਲੜ ਨੂੰ। ਬਾਜ ਦੀ ਮਦਦ ਨਾਲ ਜਿਹੜੇ ਆਪਣੇ ਲੜ ਦੇ ਵੱਟ ਪੈ ਰਹੇ ਨੇ ਥੱਲੇ ਵਾਲੇ ਪੰਜਵੇਂ ਲੜ ਵਿੱਚ, ਉਹ ਸੈੱਟ ਕਰ ਲਾਂਗੇ। ਬਾਕੀ 13 ਮਿੰਟ ਯਾਰ ਕੁਛ ਵੀ ਨਹੀਂ ਹੁੰਦੇ ਮੋਰਨਿੰਗ ਦਸਤਾਰ ਸਿਆਉਣ ਲਈ, ਕਿਉਂਕਿ 13 ਮਿੰਟ ਵਿੱਚ ਆਪਾਂ ਨੂੰ ਜੇ ਇੰਨੀ ਹਾਈ ਐਂਡ ਟਰਬਨ ਬੰਨਣ ਨੂੰ ਮਿਲੇ ਤਾਂ ਤੁਸੀਂ ਵੀ ਬਹੁਤ ਇੰਸਪਾਇਰ ਹੋਵੋਗੇ ਇਹ ਵੀਡੀਓ ਦੇਖ ਕੇ। ਉਮੀਦ ਕਰਦਾ ਯਾਰ ਤੁਹਾਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਜੇਕਰ ਤੁਸੀਂ ਪਹਿਲਾਂ ਦੀ ਮੋਰਨਿੰਗ ਦਸਤਾਰ ਸਿਆਉਂਦੇ ਹੋ। ਜੇਕਰ ਨਹੀਂ ਸਿਆਉਂਦੇ ਤਾਂ ਐਜ਼ ਵੈਲ ਗੁੱਡ, ਕਿਉਂਕਿ ਹੋਰ ਅੱਗੇ ਤੋਂ ਅੱਗੇ ਮਿਹਨਤ ਕਰੋ। ਇਹ ਦਸਤਾਰ ਸਜਾਉਣੀ ਬਹੁਤ ਸੌਖੀ ਹੈ, ਆਪਾਂ ਨੂੰ ਲੱਗਦੀ ਔਖੀ ਹੈ ਵੀਡੀਓ ਦੇਖ ਕੇ, ਕਿ ਬਸ ਜੇ ਤੁਸੀਂ ਸਜਾਉਣ ਲੱਗ ਜਾਓਗੇ ਤੁਹਾਨੂੰ ਆਦਤ ਪੈ ਜੂਗੀ ਅਤੇ ਇਹ ਪੱਗ ਜਿਹੜੀ ਵਧੀਆ ਲੱਗੂਗੀ ਫੇਸ 'ਤੇ। ਹੁਣ ਆਪਾਂ ਬਾਅਦ ਦੀ ਮਦਦ ਨਾਲ ਲੜਨ ਨੂੰ ਸੈੱਟ ਕਰਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਪੱਗ ਦੀ ਜਿਹੜੀ ਸ਼ੇਪ ਹੈ ਕਿੰਨੀ ਸੋਹਣੀ ਲੱਗਣ ਲੱਗ ਗਈ ਹੈ ਜਦੋਂ ਮੈਂ ਫੇਸ ਉੱਪਰ ਕੀਤਾ। ਮੇਰੀ ਅੱਜ ਤੱਕ ਦੀ ਸਭ ਤੋਂ ਫੇਵਰੇਟ ਪੱਗ ਹੈ ਇਹ ਮੋਰਨਿੰਗ ਦਸਤਾਰ। ਮੇਰੇ ਕੋਲ ਟਾਈਮ ਘੱਟ ਹੁੰਦਾ ਸਵੇਰੇ ਪੌਣੀ ਕਰਨ ਦਾ, ਸਭ ਕੁਛ ਕਰਨ ਦਾ, ਮੈਂ ਵਟਾਂ ਵਾਲਾ ਪਰਨਾ ਬਸ ਇੱਦਾਂ ਹੀ ਲਪੇਟਾਂ ਮਾਰ ਕੇ ਕਿਤੇ ਨਾ ਕਿਤੇ ਚੱਲ ਜਾਂਦਾ। ਬਟ ਜੇਕਰ ਮੈਨੂੰ ਰੋਜ਼ ਟਾਈਮ ਵਧੀਆ ਮਿਲੇ ਤਾਂ ਮੈਂ ਵੀ ਇਹੀ ਦਸਤਾਰ ਸਜਾਉਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਇਹ ਦਸਤਾਰ ਬਹੁਤ ਸੋਹਣੀ ਲੱਗਦੀ ਹੈ ਸਜਾਈ ਹੋਈ ਫੇਸ 'ਤੇ। ਜਮੀ ਨਾਲ ਕਰਕੇ ਲੜ ਲਗਾਵਾਂਗੇ ਉਸ ਤਰੀਕੇ ਨਾਲ ਜਿਵੇਂ ਆਪਾਂ ਸਾਰੇ ਲੜ ਲਗਾਏ ਨੇ। ਜਦੋਂ ਆਪਾਂ ਬਾਜ ਫੇਰਨਾ ਉਸ ਤੋਂ ਬਾਅਦ ਲੜਾਂ ਦੀ ਪੁਜੀਸ਼ਨ ਹੋਰ ਵਧੀਆ ਤਰੀਕੇ ਨਾਲ ਹੋ ਜੂਗੀ। ਇਹ ਪਟਿਆਲਾ ਟੱਚ ਵਿੱਚ ਆ ਜਾਂਦੀ ਹੈ ਮੋਰਨੀ, ਮਤਲਬ ਤੁਸੀਂ ਦੇਖ ਸਕਦੇ ਕਿਉਂਕਿ ਬਿਲਕੁਲ ਮੋਰਨੀ ਦਸਤਾਰ ਨਹੀਂ ਹੋ ਗਈ ਕਿਉਂਕਿ ਉਹ ਤਿੱਖੇਪਨ ਵਿੱਚ ਹੁੰਦੀ ਹੈ, ਬਟ ਜਿਹੜੀ ਪਟਿਆਲਾ ਟੱਚ ਵਿੱਚ ਆ ਜਾਂਦੀ ਹੈ ਪੱਗ ਉਹ ਜ਼ਿਆਦਾ ਸੋਹਣੀ ਲੱਗਦੀ ਹੈ। ਤੁਸੀਂ ਅਕਸਰ ਇਹ ਚੀਜ਼ ਨੋਟ ਕਰਿਓ, ਜੇਕਰ ਪੂਰੀ ਮੋਰਨੀ ਪੱਗ ਹੋਏਗੀ ਉਹ ਤਿੱਖੀ ਉਹ ਚੀਜ਼ ਨਹੀਂ ਜਚੂਗੀ ਆਪਣੇ, ਬਟ ਜੇ ਥੋੜ੍ਹੀ ਪਟਿਆਲਾ ਟੱਚ ਵਿੱਚ ਹੋਏਗੀ ਤਾਂ ਸੋਹਣੀ ਲੱਗੂਗੀ, ਕਿਉਂਕਿ ਇਹਦੇ ਨਾਲ ਸ਼ੇਪ ਪੱਗ ਦੀ ਹੋਰ ਵਧੀਆ ਬਣ ਜਾਂਦੀ ਹੈ। ਹੁਣ ਆਪਾਂ ਬਾਜ ਫੇਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਆਪਣੇ ਲੜਨੇ ਬਿਲਕੁਲ ਸਫਾਈ ਵਿੱਚ ਆ ਚੁੱਕੇ ਨੇ। ਹੁਣ ਆਪਾਂ ਸਾਰੀ ਪੱਗ ਜਿਹੜੀ ਸੈੱਟ ਕਰ ਲੈਣੀ ਆ। ਬਾਕੀ ਉਮੀਦ ਕਰਦੇ ਹਾਂ ਯਾਰ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ, ਕਿਉਂਕਿ ਬਹੁਤ ਮਿਹਨਤ ਲੱਗਦੀ ਯਾਰ ਸਾਨੂੰ ਵੀਡੀਓ ਬਣਾਉਣ 'ਤੇ, ਤਾਂ ਪਲੀਜ਼ ਯਾਰ ਸ਼ੇਅਰ ਜ਼ਰੂਰ ਕਰਦਿਆ ਕਰੋ। ਤੁਹਾਡੇ ਸ਼ੇਅਰ ਕਰਨ ਨਾਲ ਮੈਂ ਬਹੁਤ ਜ਼ਿਆਦਾ ਮੋਟੀਵੇਟ ਹੁੰਦਾ। ਬਾਕੀ ਮਿਲਾਂਗੇ ਅਗਲੀ ਵੀਡੀਓ ਵਿੱਚ। ਹੁਣ ਤੁਹਾਨੂੰ ਥੋੜ੍ਹਾ ਜਿਹਾ ਮਤਲਬ ਲਾਸਟ ਲੜ ਦੀ ਸੈਟਿੰਗ ਕਰਕੇ ਦਿਖਾ ਦਿੰਦੇ ਹਾਂ। ਮੋਰਨੀ ਲੜਨ ਨਹੀਂ ਲਗਾਵਾਂਗੇ, ਬਸ ਤੁਹਾਨੂੰ ਸੈਟਿੰਗ ਕਰਕੇ ਦਿਖਾ ਦਾਂਗੇ, ਉਹ ਅਗਲਾ ਨੈਕਸਟ ਪਾਰਟ ਕੱਢਾਂਗੇ। ਬਾਕੀ ਫਿਰ ਵੀਡੀਓ ਸਮਾਪਤ ਕਰਦੇ ਹਾਂ ਅੱਜ ਲਈ, ਸਿਰਫ ਇੰਨਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।